ਕਰ ਦੇਣੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰ ਦੇਣੇ ਹਰ ਇੱਜ਼ਤਾਂ ਦਾ ਸਦਾ ਉਹ ਨਾਦ ਜਲ ਵਿੱਚ ਰਹਿਣਾ ਹਰ ਇੱਜ਼ਤਾਂ ਦਾ ਸਦਾ ਉਹ ਨਾਦ ਜਲ ਵਿੱਚ ਰਹਿਣਾ ਉਹਨਾਂ ਖੁਸ਼ਬਖਤਾਂ ਦਾ ਨਾਂ ਮਰ ਕੇ ਵੀ ਜ਼ਿੰਦਾ ਰਹਿਣਾ ਜਿਹੜੇ ਆਕਾ ਦੀ ਸਨਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਆਪਣੇ ਮੰਗਤੇ ਨਾਲ ਪਿਆਰਾ ਤਾਂ ਬੜਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਸਾਰੀਆਂ ਐਟਮਾਂ ਅਲਹਮਦੁਲਿਲਾ ਸਾਰੀਆਂ ਐਟਮਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੰਨੀਆਂ ਚੀਜ਼ਾਂ ਨੇ ਬਲਕਿ ਇਸ ਤੋਂ ਇਲਾਵਾ ਵੀ ਅਜੇ ਹੋਰ ਜਿਹੜੀ ਬੂਟੀਆਂ ਰੋਬਿਆਂ ਦੇ ਸ਼ਾਮਿਲ ਹੋਣੇ ਨੇ ਅਤੇ ਇਹਦੇ 'ਚ ਤੁਹਾਨੂੰ ਮੈਂ ਚੀਜ਼ਾਂ ਦੱਸੀ ਜਾਂਦਾ ਜਿਹੜੀਆਂ ਅਸੀਂ ਅੱਗੇ ਸ਼ਾਮਿਲ ਕੀਤੀਆਂ ਨੇ ਤੁਹਾਡੇ ਸਾਹਮਣੇ ਜਨਾਬ ਸਭ ਤੋਂ ਪਹਿਲੇ ਨੰਬਰ 'ਤੇ ਜਨਾਬ ਰੇਗਮਾਈ ਮੱਛਲੀ ਹੈ ਇਹ ਜਿਹੜਾ ਕੁਸ਼ਤਾ ਬਟਨ ਹੈਗਾ ਬੋਨ ਵਾਲਾ ਠੀਕ ਹੈ ਉਸ ਤੋਂ ਅੱਗੇ ਇਲਾਵਾ ਜਨਾਬ ਹੈ ਅੱਗੇ ਕੁਸ਼ਤਾ ਚਾਂਦੀ ਨੁਕਰਾ ਠੀਕ ਹੈ ਅਤੇ ਇਸ ਤੋਂ ਇਲਾਵਾ ਜਨਾਬ ਹੈ ਅਗਲਾ ਕੁਸ਼ਤਾ ਜਨਾਬ ਹੈ
ਅਰਕੇ ਮਾਲ ਜਿਹੜਾ ਹਮ ਇਹਦੇ ਵਿੱਚ ਇਹਨੂੰ ਜ਼ਿਆਦਾ ਕਰਾਂਗੇ ਰਗੜਾਈ ਹੁੰਦੀ ਅਸੀਂ ਦੇਖ ਰਹੇ ਹੋ ਮਾਸ਼ਾਅੱਲਾ ਜ਼ਬਰਦਸਤ। ਅਤੇ ਇਸ ਤੋਂ ਅੱਗੇ ਜਨਾਬ ਅਗਲਾ ਹੈ ਸ਼ਾਹੀ ਗੋਲਡਨ ਪਿਸਤਾ, ਉੱਥੇ ਸ਼ਾਹੀ ਗੋਲਡਨ। ਅਤੇ ਇਸ ਤੋਂ ਅੱਗੇ ਜਨਾਬ ਹੈ ਆਪਣਾ ਮਰਜਾਨ ਬਿਹਤਰੀਨ ਸਭ ਗੁਲਾਬੀ ਰੰਗ ਦਾ ਮਰਜਾਨ, ਠੀਕ ਹੈ। ਇਸ ਤੋਂ ਅਗਲੀ ਆਈਟਮ ਹੈ ਜਿਸ ਤੋਂ ਇਹ ਕਸਤੂਰੀ ਗ੍ਰਾਮ ਕਸੂਰੀ ਦਾ ਅੱਗੇ ਜਨਾਬ ਹੈ ਜੁੰਦਵੀ ਦਫ਼ਤਰ। ਜਿਹੜੀਆਂ ਕਿ ਸਾਰੀਆਂ ਇਹਦੇ ਜ਼ਬਰਦਸਤ ਟੌਪ ਦੀਆਂ ਚੀਜ਼ਾਂ ਨੇ। ਅਤੇ ਜੁੰਦਵੀ ਦਫ਼ਤਰ ਤੋਂ ਅੱਗੇ ਜਨਾਬ ਹੈ ਜਿਹੜਾ ਦਾਖਾਨ ਜ਼ਾਫਰਾਨ ਹੈ, ਬੜਾ ਬਿਹਤਰੀਨ ਕਿਸਮ ਦਾ। ਔਰ ਇਸ ਤੋਂ ਅੱਗੇ ਜਨਾਬ ਅੰਬਰ ਵੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਬਾਕੀ ਜਿਹਾ ਕਾਲਾ ਨਹੀਂ ਹੋਣਾ ਚਾਹੀਦਾ, ਕਾਲਾ ਹੀ ਜਾਂਦਾ ਹੁਣ ਦੀ ਤਾਕਤ ਨਹੀਂ। ਇਸ ਤੋਂ ਅੱਗੇ ਜਨਾਬ ਹੈ ਫਲਾਜੀਤ, ਬਿਹਤਰੀਨ ਇੱਕ ਨੰਬਰ ਫਲਾਜੀਤ। ਦੇਖੋ ਇੰਨੀਆਂ ਚੀਜ਼ਾਂ ਦਾ ਮਰਤਬ ਜਿਹੜਾ ਤੁਸੀਂ ਦੇਖ ਰਹੇ ਹੋ, ਬਹੁਤ ਸ਼ਾਨਦਾਰ ਚੀਜ਼। ਸਾਰੀਆਂ ਚੀਜ਼ਾਂ ਨੂੰ ਜਿਹੜਾ ਨਾ ਕੁੱਟ ਕੇ ਪਾਊਡਰ ਬਣਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਇਨਸ਼ਾਅੱਲਾ ਸਾਰੀਆਂ ਚੀਜ਼ਾਂ ਜਿਹੜਾ ਕਿ ਬੜਾ ਬਿਹਤਰੀਨ ਜ਼ਬਰਦਸਤ। ਔਰ ਜਿਹੜੀ ਜਿਹੜੀ ਚੀਜ਼ ਦਾ ਰੋਬਿਨ ਦੇ ਸ਼ਾਮਿਲ ਕਰਾਂਗੇ ਉਹ ਸਾਰੇ ਆਪਣੇ ਦੋਸਤਾਂ ਵੀਰਾਂ ਨੂੰ ਦਿਖਾਉਂਦੇ ਜਾਵਾਂਗੇ। ਇਹ ਬਹੁਤ ਕੀਮਤੀ ਜ਼ਬਰਦਸਤ ਤਾਕਤ ਦੇ ਨੁਸਖਾ ਹੈ। ਔਰ ਇੱਕ ਦੋਸਤ ਹੈਗੇ ਨਾ ਸਾਡੇ ਸਾਊਦੀਆ ਦੇ ਵਿੱਚ, ਜਿਨ੍ਹਾਂ ਨੇ ਇਹ ਚੀਜ਼ ਜਿਹੜੀ ਨਾ ਉਹ ਸਾਡੇ ਕੋਲੋਂ ਬਣਵਾਈ ਹੈ। ਫੌਜੀ ਸਾਹਿਬ ਤਾਂ ਅਸੀਂ ਕਹਿ ਸਕਦੇ ਹਾਂ, ਵਜ਼ੀਰ ਅਸੀਂ ਨਾਮ ਨਹੀਂ ਲੈ ਸਕਦੇ। ਫੌਜੀ ਸਾਹਿਬ ਹੈਗੇ ਨੇ, ਉਹਨਾਂ ਨੂੰ ਦੇਖਿਆ ਕਿ ਸਾਨੂੰ ਚੀਜ਼ਾਂ ਬਣਾ ਕੇ ਦਿਓ, ਉਹਨਾਂ ਵਾਸਤੇ ਅਸੀਂ ਬਣਾਉਣ ਲੱਗਿਆ। ਬਹੁਤ ਸ਼ਾਨਦਾਰ ਚੀਜ਼ ਹੈ। ਤੁਹਾਨੂੰ ਦਿਖਾਉਂਦੇ ਹਾਂ ਫਿਰ ਇਨਸ਼ਾਅੱਲਾ ਮਾਸ਼ਾਅੱਲਾ ਇਹਨਾਂ ਦੀ ਜਿਹੜੀ ਉਹ ਸਫਾਈ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਅਖਰ ਕਰ ਰਹਾ ਅਗਲੇ ਸਾਲੇ ਮਿਸਤਰੀ ਦੀ ਕਟਾਈ ਕਰਦੇ ਹਾਂ। ਅੱਗੇ ਸਾਲ ਪੰਜੇ ਦੀ ਕਟਾਈ ਕਰਦੇ ਹਾਂ। ਅੱਗੇ ਜਾਂ ਕਰਨਫਲ ਦੀ ਕਟਾਈ ਕਰਦੇ ਹਾਂ। ਔਰ ਕਰਨਫਲ ਦੇਸੀ ਹੋਣੇ ਚਾਹੀਦੇ ਨੇ, ਜਿਹੜੇ ਕਿ ਬਿਹਤਰੀਨ ਦੇਸੀ ਔਰ ਸਾਬਤ ਦਾਣਾ ਹੋਣਾ ਚਾਹੀਦਾ। ਅੱਗੇ ਜਨਾਬ ਹੈ ਜਿੰਦਵੀ ਦਫ਼ਤਰ, ਜਿੰਦਵੀ ਦਫ਼ਤਰ ਦੀ ਜਿਹੜੀ ਕਟਾਈ ਕਰਨੀ ਹੈ। ਇਹ ਜਨਾਬ ਰੇਗਮਾਈ ਮੱਛਲੀ, ਇਹਨੂੰ ਜਨਾਬ ਜਰਾ ਇਹਦੀ ਕਟਾਈ ਕਰਨੀ ਹੈ। ਜੋਹਰ ਬੋਰਡ ਔਰ ਕੁਸਤਾ ਬਟਨ ਬੋਣ ਵਾਲਾ, ਔਰ ਇਸ ਤੋਂ ਇਲਾਵਾ ਬਾਕੀ ਕੁਸਤਾ ਜਹਾਜ਼ ਜਿਹੜੇ ਸਾਰੇ ਨੇ ਇਹਨਾਂ ਨੂੰ ਪੀਸਣ ਦੀ ਤਾਂ ਕੋਈ ਨਹੀਂ ਜ਼ਰੂਰਤ। ਇਹ ਤਾਂ ਅਸੀਂ ਬਾਅਦ 'ਚ ਸਾਰੀਆਂ ਮਿਕਸ ਕਰਕੇ ਨਾ ਉਹ ਤੁਹਾਨੂੰ ਫਿਰ ਸਾਰਾ ਦਿਖਾ ਦੇਣੇ, ਸਾਰਿਆਂ ਨੂੰ ਪੀਸਣ ਨੂੰ ਵੈਸੇ ਹੀ ਸ਼ਾਮਿਲ ਕਰ ਲਾਂਗੇ। ਇਹਦੇ ਤੋਂ ਇਲਾਵਾ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਉਹ ਤੁਹਾਨੂੰ ਦਿਖਾਉਣੇ ਆ ਕਿ ਇਹ ਅਸੀਂ ਇਲਾਹਦਾ ਅਰਖ ਦੇ ਵਿੱਚ ਇਹਨਾਂ ਨੂੰ ਖਰਲ ਦੇ ਵਿੱਚ ਜਿਹੜਾ ਨਾ ਉਹ ਬਰੀਆਂ ਕਰਾਂਗੇ। ਖਰਲ ਦੇ ਵਿੱਚ ਇਹ ਚੱਲਣਗੀਆਂ ਪਹਿਲੇ,
ਜਿਹੜਾ ਕਿ ਸਰਾਜੀਤ ਹੋ ਗਈ ਅੰਬਰ ਅੰਬਰ ਹੋ ਗਿਆ ਔਰ ਕਸਤੂਰੀ ਹੋ ਗਈ ਇਹਨਾਂ ਨੂੰ ਜਿਹੜਾ ਨਾ ਉਹ ਇਹਦੇ ਵਿੱਚ ਕਰਕੇ ਮਾਊ ਲਹਮ ਦੇ ਵਿੱਚ ਜਿਹੜਾ ਨਾ ਉਹ ਖਲ ਕਰਨੇ ਆ ਨਾਲ ਜ਼ਾਫਰਾਨ ਉਹ ਇਨਸ਼ਾਅੱਲਾ ਤੁਹਾਨੂੰ ਦਿਖਾਉਣੇ ਆ ਇਹਨੂੰ ਅਸੀਂ ਜਿਹੜਾ ਨਾ ਥੋੜ੍ਹਾ ਜਿਹਾ ਆਈਸ ਬੋਕਸ ਦੇ ਵਿੱਚ ਰੱਖ ਕੇ ਅਤੇ ਫਿਰ ਇਹਦੀ ਰਗੜਾਈ ਕਰਾਂਗੇ ਫਿਰ ਅੱਛੀ ਹੋ ਜਾਂਦੀ ਬਿਹਤਰੀਨ ਹੋ ਜਾਂਦੀ ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਆਈਸ ਬੋਕਸ ਦੇ ਵਿੱਚ ਰੱਖਾਂਗੇ ਉਸ ਤੋਂ ਬਾਅਦ ਬਿਹਤਰੀਨ ਰਗੜਾਈ ਹੁੰਦੀ ਜੀ ਅਤੇ ਇਨਸ਼ਾਅੱਲਾ ਕਲੀਅਰ ਕਰਕੇ ਤੁਹਾਨੂੰ ਦਿਖਾਉਣੇ ਆ ਸਾਰੀਆਂ ਚੀਜ਼ਾਂ ਰਗੜ ਕੇ ਜੀ ਮਾਸ਼ਾਅੱਲਾ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇਹਨੂੰ ਕੁੱਟ ਕੇ ਤਿਆਰ ਕਰ ਲਈਆਂ ਸੀ ਇਹ ਜਿਹੜੀਆਂ ਕੁੱਟਣ ਵਾਲੀਆਂ ਚੀਜ਼ਾਂ ਪਹਿਲੇ ਕੁੱਟ ਲਈਆਂ ਸੀ ਔਰ ਇਹ ਜਿਹੜਾ ਮੱਕੀ ਦੀ ਰੋਮੀ ਹੈ ਜਿਹੜੀ ਉਹ ਵੀ ਪੀਸ ਲਈ ਸੀ ਫਰਿੱਜ 'ਚ ਰੱਖ ਕੇ ਅਤੇ ਇਹ ਜਾਂ ਕੁਛ ਤਾਂ ਸ਼ਿੰਗਰਫ ਹੈਗਾ ਜਿਹੜਾ ਮਾਲ ਲਹਮ ਵਾਲਾ ਸ਼ਾਹੇ ਮਰਜਾਨ ਗੁਲਾਬੀ ਕਿਉਂਕਿ ਅਸੀਂ ਬਗੈਰ ਅੱਗ ਤੋਂ ਬਣਾਇਆ ਇਸ ਵਜ੍ਹਾ ਤੋਂ ਗੁਲਾਬੀ ਹੈ ਇਹ ਮਰਵਾ ਰੀਦ ਕੁਛ ਤਾਂ ਇਹ ਕੁਛ ਤਾਂ ਸਿਮਲਫਾਰ ਇਹ ਕੁਛ ਤਾਂ ਚਾਂਦੀ ਅਤੇ ਇਹ ਜਨਾਬ ਹੈਗਾ ਸ਼ਾਹੇ ਗੋਲਡਨ ਕੁਸ਼ਤਾ ਔਰ ਮਾਸ਼ਾਅੱਲਾ ਦੇਖੋ ਤੁਹਾਡੇ ਸਾਹਮਣੇ ਸਾਰੇ ਤਿਆਰ ਹੋ ਗਏ ਨੇ ਅਲਹਮਦੁਲਿਲਾ ਔਰ ਇਸ ਤੋਂ ਇਲਾਵਾ ਹੁਣ ਅਸੀਂ ਦੂਸਰੀ ਮਸ਼ੀਨ ਰੈਡੀ ਕਰਨੇ ਆ ਜਿਹਦੇ ਵਿੱਚ ਅਰਕੇ ਮਾਲ ਲਹਮ ਦੇ ਵਿੱਚ ਕਸਤੂਰੀ ਅੰਬਰ ਸਲਾਜੀਤ ਉਹ ਸਾਰੀਆਂ ਚੀਜ਼ਾਂ ਰਗੜਾਈ ਕਰਨੇ ਉਹ ਵੀ ਤੁਹਾਨੂੰ ਦਿਖਾਉਣੇ ਇਨਸ਼ਾਅੱਲਾ ਕੁਛ ਤਾਂ ਫਲਾਸ ਸਮਰੀ ਨਹੀਂ ਸੀ ਪਾਇਆ ਉਹ ਲਹਿਦਾ ਪਿਆ ਸੀ ਮੈਨੂੰ ਯਾਦ ਨਹੀਂ ਰਿਹਾ ਕੁਛ ਤਾਂ ਫਲਾਸ ਸਮਰੀ ਜਿਹੜਾ ਬਿਹਤਰੀਨ ਅਸੀਂ ਬਣਾਇਆ ਆ ਉਹ ਇਹਦੇ ਸ਼ਾਮਿਲ ਕੀਤਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਅਰਕੇ ਮਾਹੌਲ ਲਹਮ ਇਹਦੇ 'ਚ ਜਿਹੜਾ ਨਾ 2 ਅੱਖਾਂ ਇਹਨੇ ਸ਼ਾਮਿਲ ਕੀਤਾ ਸੀ ਬਲਕਿ ਥੋੜ੍ਹਾ ਜਿਹਾ ਹੋਰ ਸ਼ਾਮਿਲ ਕਰ ਦਿੰਦੇ ਬਿਸਮਿਲਲਾ ਅੱਜਾ ਮਾਰਿਆ ਤਕਰੀਬਨ 350-350 ml ਦਾ ਔਰ ਉਸ ਤੋਂ ਬਾਅਦ ਜਿਹੜੇ ਨਾ ਦੇਖੋ ਕਸਤੂਰੀ ਜਿਹੜੀ ਇਹਦੇ 'ਚ ਇਹ ਹਲਕੀ ਜਿਹੀ ਲੱਗੀ ਹੈ ਜੀ ਬਿਸਮਿਲਲਾ ਵੀ ਇਹਦੇ 'ਚ ਇਹ ਸ਼ਾਮਿਲ ਕਰ ਦਿੱਤੀ ਔਰ ਜਿਹੜਾ ਜ਼ਾਫਰਾਨ ਹੈ ਉਹ ਵੀ ਇਹਦੇ ਸ਼ਾਮਿਲ ਕਰ ਦਿੱਤਾ ਸੀ ਇੱਕ ਡੱਬੀ ਵਾਲਾ ਵੀ ਕੰਮ ਕਰ ਦਿੱਤਾ ਸੀ ਇਹਦੇ ਵਿੱਚ ਵੀ ਹੋਰ ਥੋੜ੍ਹਾ ਜਿਹਾ ਚੁਟਕੀ ਕਰ ਦਿੰਦੇ ਹਾਂ ਔਰ ਇਸ ਤੋਂ ਇਲਾਵਾ ਅੰਬਰ ਜਿਹੜਾ ਅਸੀਂ ਕੁੱਟ ਕੇ ਲਿਆਂਦਾ ਸੀ ਉਹ ਵੀ ਇਹਦੇ ਸ਼ਾਮਿਲ ਕਰ ਦਿੱਤਾ ਇਸ ਤੋਂ ਇਲਾਵਾ ਜਿਹੜੀ ਸਲਾਚੀ ਦੇ ਉਹਨੂੰ ਰੱਖਿਆ ਸੀ ਫਰਿੱਜ ਦੇ ਵਿੱਚ ਅਤੇ ਹੁਣ ਜਨਾਬ ਉਧਰੋਂ ਕੱਢ ਕੇ ਅਤੇ ਉਹ ਵੀ ਇਹਦੇ ਸ਼ਾਮਿਲ ਕਰ ਦਿੱਤੀ ਹੋਈ ਜੀ ਵਿੱਚ ਨਜ਼ਰ ਵੀ ਆ ਰਹੀ ਹੈ ਕਿਤੇ ਕਿਤੇ ਔਰ ਇਹਦੀ ਹੁਣ ਜਿਹੜਾ ਨਾ ਉਹ ਰਗੜਾਈ ਕਰਨੇ ਮਿਕਸ ਹੋ ਜਾਏਗਾ ਅੱਛੀ ਤਰ੍ਹਾਂ ਅਤੇ ਅੱਖਰ ਸਾਡਾ ਹੈਗਾ ਸੀ ਪਹਿਲੇ ਨੁਕਰਾ ਦਾਫਰਾਨੀ ਵਾਲੀ ਨੁਸਖੇ ਵਾਲਾ ਇਸ ਵਜ੍ਹਾ ਤੋਂ ਉਹ ਨਾਲ ਹੀ ਫਿਰ ਇਹਦਾ ਬਣਾਉਣਾ ਸੀ ਇਸ ਵਜ੍ਹਾ ਤੋਂ ਜਿਹੜਾ ਨਾ ਵਾਸ਼ ਨਹੀਂ ਕੀਤਾ ਕਿਉਂਕਿ ਉਹ ਵੀ ਬਿਹਤਰੀਨ ਸੀ ਅਤੇ ਇਹ ਮਾਸ਼ਾਅੱਲਾ ਜੇਕਰ ਜਿਸ ਤਰ੍ਹਾਂ ਇਸ ਤਰ੍ਹਾਂ ਮਿਕਸ ਹੁੰਦਾ ਫਿਰ ਇਨਸ਼ਾਅੱਲਾ ਤੁਹਾਨੂੰ ਇਹ ਦਿਖਾਉਣੇ ਆ ਬਾਕੀ ਤਾਂ ਮਰਕਬ ਵੀ ਅਤੇ ਇਹ ਬਿਹਤਰੀਨ ਜ਼ਬਰਦਸਤ ਅਤੇ ਇਹ ਜਿਹੜਾ ਦੋਸਤ ਸਾਡਾ ਇੱਕ ਸੋਜੀਆ ਦਾ ਹੈਗਾ ਫੌਜੀ ਸਾਹਿਬ ਦਾ ਨੁਸਖਾ ਤਿਆਰ ਹੋ ਰਿਹਾ ਇਨਸ਼ਾਅੱਲਾ ਅੱਲਾਹ ਸੋਨੇ ਦੇ ਹੁਕਮ ਦੇ ਨਾਲ ਅੱਲਾਹ ਸੋਨਾ ਤਾਕਤ ਦੇ ਅੱਲਾਹ ਸੋਨਾ ਰਹਿਮਤ ਕਰੇ ਅੱਲਾਹ ਸੋਨਾ ਤੰਦਰੁਸਤੀ ਦੇ ਅੱਲਾਹ ਸੋਨਾ ਸਾਨੂੰ ਵੀ ਬਣਾਉਣ ਦੀ ਤੌਫੀਕ ਦੇ ਅਤੇ ਉਹਨਾਂ ਨੂੰ ਖਾਣ ਦੀ ਤੌਫੀਕ ਦੇ ਆਮ ਜੀ ਮਾਸ਼ਾਅੱਲਾ ਕਾਫੀ ਦੇਰ ਤੋਂ ਦੇਖੋ ਇਹਦੀ ਰਗੜਾਈ ਹੋ ਰਹੀ ਸੀ ਬੜੀ ਬਿਹਤਰੀਨ ਹੈ ਹਰ ਚੀਜ਼ ਮਿਕਸ ਹੋ ਗਈ ਹੈ ਬੜੀ ਜ਼ਬਰਦਸਤ ਜ਼ਬਰੀ ਆਲੀਸ਼ਾਨ ਹੋ ਗਈ ਔਰ ਹੁਣ ਅਸੀਂ ਇਹਨੂੰ ਨਾ ਇਹਦੇ 'ਚ ਸ਼ਾਮਿਲ ਕਰਨੇ ਆ ਬਾਕੀ ਦਾ ਬਿਸਮਿਲਲਾਹਿ ਰਹਿਮਾਨ ਰਹੀਮ ਲਓ ਜੀ ਅਸੀਂ ਸਾਰਾ ਮਟੀਰੀਅਲ ਜਿਹੜਾ ਨਾ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਹੁਣ ਅਸੀਂ ਜਨਾਬ ਨੂੰ ਚਲਾ ਦਿੱਤਾ ਇਹਦੇ ਵਿੱਚ ਅਸੀਂ ਨਾ ਥੋੜ੍ਹਾ ਅਰਕ ਹੋਰ ਸ਼ਾਮਿਲ ਕਰ ਦਿੰਦੇ ਹਾਂ ਬਿਸਮਿਲਲਾਹਿ ਰਹਿਮਾਨ ਅਰਕ ਮਾਉਲ ਲਹਮ ਇਸ ਤੋਂ ਜਦੋਂ ਕਿ ਇੱਕ ਤਾਂ ਅੱਛੀ ਤਰ੍ਹਾਂ
ਜਿਹੜਾ ਨਾ ਮੁਲਾਇਮ ਹੋ ਜਾਏਗੀ। ਬਾਕੀ ਕਾਫੀ ਜ਼ਿਆਦਾ ਦੇਖੋ ਅਰਜਨ ਸਿੰਘ ਸ਼ਾਮਿਲ ਕਰ ਦਿੱਤਾ। ਚਲੋ ਜਿੰਨਾ ਜ਼ਿਆਦਾ ਹੈ ਉਨਾ ਜ਼ਿਆਦਾ ਫਾਇਦੇਮੰਦ ਹੀ, ਬਿਹਤਰੀਨ ਜ਼ਬਰਦਸਤ। ਕਿਉਂਕਿ ਦੇਖੋ ਹੁਣ ਕੁਆਮ ਬੜਾ ਅੱਛਾ ਹੋ ਗਿਆ, ਹੁਣ ਕੱਲ੍ਹ ਤੱਕ ਦੀ ਰਗੜਾਈ ਹੁੰਦੀ ਰਹੇਗੀ। ਇਹਦੇ 'ਚ ਅਗਲੀ ਜਿਹੜੀ ਆਈਟਮ ਜਿਹੜਾ ਰੁੱਬ ਸ਼ਾਮਿਲ ਕਰਾਂਗੇ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ। ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹਿਣਾ ਇਨਸ਼ਾਅੱਲਾ। ਇਹਦੇ ਨਾਲ ਬਹੁਤ ਜ਼ਬਰਦਸਤ ਫਾਇਦਾ ਹੋਏਗਾ, ਕਿਉਂਕਿ ਜਿਹੜੀ ਵੀਡੀਓ ਸ਼ੇਅਰ ਕਰੋਗੇ ਕਿਸੇ ਦੋਸਤ ਨੂੰ ਵੀ ਇਸ ਮਸਲੇ ਦਾ ਪ੍ਰੋਬਲਮ ਹੋਏਗੀ, ਇਨਸ਼ਾਅੱਲਾ ਠੀਕ ਹੋ ਜਾਏਗਾ। ਕਿ ਮਰਦਾਨਾ ਉਹ ਤਾਕਤ ਵਾਸਤੇ ਜ਼ਬਰਦਸਤ ਅਤੇ ਬਿਹਤਰੀਨ ਬਹੁਤ ਹੀ ਆਲਾ ਕਿਸਮ ਦਾ ਨੁਸਖਾ ਹੈ ਜੀ। ਮਾਸ਼ਾਅੱਲਾ ਦੇਖੋ ਇਹਦੇ 'ਚ ਸਾਰੇ ਜਿਹੜਾ ਮਟੀਰੀਅਲ ਅਸੀਂ ਸ਼ਾਮਿਲ ਕਰ ਦਿੱਤਾ, ਅਤੇ ਇਹਦੇ 'ਚ ਮੈਨੂੰ ਲੱਗ ਰਿਹਾ ਕਿ ਜਿਹੜਾ ਨਾ ਥੋੜ੍ਹਾ ਜਿਹਾ ਅਜੇ ਕੰਮ ਹੈਗਾ ਹਰ ਕਹਿੰਦੇ 'ਚ ਅਸੀਂ ਹੋਰ ਸ਼ਾਮਿਲ ਕਰ ਦੇਣੇ ਕਿਉਂਕਿ ਅਰਕ ਦੇ ਨਾਲ ਜਿਹੜਾ ਨਾ ਇਹ ਮੁਲਾਇਮ ਹੋ ਜਾਏਗਾ, ਅੱਛੀ ਤਰ੍ਹਾਂ ਰੰਗੜਾਈ ਹੋ ਜਾਏਗੀ, ਬਹੁਤ ਆਲੀਸ਼ਾਨ ਅਤੇ ਜ਼ਬਰਦਸਤ ਹੋਏਗਾ। ਅਰਕ ਮਾਸ਼ਾਅੱਲਾ ਕਾਫੀ ਜ਼ਿਆਦਾ ਇਹਨੇ ਸ਼ਾਮਿਲ ਕਰ ਦਿੱਤਾ, ਤਕਰੀਬਨ ਕੋਈ ਜਿਹੜਾ ਨਾ 400-450 ਐਮ ਐਲ ਦੇ ਬਰਾਬਰ ਜਿਹੜਾ ਨਾ ਸ਼ਾਮਿਲ ਕਰ ਦਿੱਤਾ। ਔਰ ਇਨਸ਼ਾਅੱਲਾ ਨਿਊ ਈਅਰ ਨੂੰ ਇਹ ਖੁਸ਼ ਹੋਏਗਾ, ਬੜੀ ਜ਼ਬਰਦਸਤ ਹੋ ਜਾਏਗੀ। ਇਹਦੇ 'ਚ ਜਿਹੜੀ ਜਿਹੜੀ ਚੀਜ਼ ਸ਼ਾਮਿਲ ਕਰਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ, ਔਰ ਇਹਨੂੰ ਵੀਡੀਓ ਨੂੰ ਲਾਈਕ ਔਰ ਸ਼ੇਅਰ ਲਾਜ਼ਮੀ ਕਰ ਦੇਣਾ ਨਾ। ਸ਼ੇਅਰ ਕਰੋਗੇ ਤਾਂ ਇਨਸ਼ਾਅੱਲਾ ਕੋਈ ਵੀ ਜਿਹੜਾ ਇਸ ਮਸਲੇ ਦੀ ਪ੍ਰੋਬਲਮ ਦਾ ਬੰਦਾ ਹੋਏਗਾ ਨਾ ਉਹਦੇ ਵਾਸਤੇ ਸਦਕਾ ਜਾਰੀ ਹੋਏਗਾ, ਔਰ ਇਨਸ਼ਾਅੱਲਾ ਸ਼ੇਅਰ ਕਰਨ ਵਾਲੇ ਨੂੰ ਵੀ ਅਜਰ ਹੋਏਗਾ ਇਨਸ਼ਾਅੱਲਾ। ਅਤੇ ਇਹ ਮਰਦਾਨਾ ਤਾਕਤ ਵਾਸਤੇ ਜ਼ਬਰਦਸਤ ਬਹੁਤ ਹੀ ਅੱਛੀ ਚੀਜ਼ ਹੈ ਇਨਸ਼ਾਅੱਲਾ ਇਨਸ਼ਾਅੱਲਾ ਜੀ। ਮਾਸ਼ਾਅੱਲਾ ਅੱਜ 2-3 ਦਿਨ ਤੋਂ ਇਹਦੀ ਰਗੜਾਈ ਹੋ ਰਹੀ ਹੈ, ਦੇਖੋ ਕਾਫੀ ਬਿਹਤਰ ਹੋ ਗਿਆ, ਬਹੁਤ ਜ਼ਬਰਦਸਤ ਹੋ ਗਿਆ। ਔਰ ਹੁਣ ਅਸੀਂ ਨਾਲ ਇਹਦੇ ਵਿੱਚ ਹੋਰ ਸ਼ਾਮਿਲ ਕਰਨੇ ਆ ਜੋਹਰੇ ਸੱਤੀਆ, ਜਿਹੜਾ ਕਿ ਜਰਾਸੀਮਾ ਵਾਸਤੇ ਮਾਦਾ ਤੌਲੀਦ ਵਾਸਤੇ ਬਿਹਤਰੀਨ ਜ਼ਬਰਦਸਤ ਚੀਜ਼ ਹੈ। ਅਤੇ ਅਸੀਂ ਇਹਦੇ 'ਚ ਵੀ ਸ਼ਾਮਿਲ ਕਰੇ ਹਾਂ ਤਾਂ ਕਿ ਨੁਕਤਾ ਜਿਹੜਾ ਨਾ ਸਾਡਾ ਉਹ ਹੋਰ ਜ਼ਬਰਦਸਤ ਅਤੇ ਬਿਹਤਰੀਨ ਹੋ ਜਾਵੇ। ਅਤੇ ਅਲਹਮਦੁਲਿਲਾ ਤੁਹਾਨੂੰ ਪਤਾ ਕਿ ਜਿਹਨੀਆਂ ਆਈਟਮਾਂ ਹੋਣਗੀਆਂ ਉਹਨਾਂ ਲਈ ਇਨਸ਼ਾਅੱਲਾ ਅੱਛਾ ਅਤੇ ਬਿਹਤਰੀਨ ਰਿਜ਼ਲਟ ਹੋਏਗਾ। ਅਤੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਇਹਦੇ ਸ਼ਾਮਿਲ ਕਰ ਰਹੇ ਹਾਂ। ਮਾਸ਼ਾਅੱਲਾ ਦੇਖੋ ਕਾਫੀ ਦਿਨਾਂ ਤੋਂ ਜਿਹੜੀ ਹੁੰਦੀ ਰਗੜਾਈ ਕਰ ਰਹੇ ਹਾਂ, ਜਿਹੜਾ ਕਿ ਬਹੁਤ ਜ਼ਬਰਦਸਤ ਦੇਖੋ ਹੋ ਗਿਆ, ਕਾਫੀ ਜਿਹੜਾ ਦੇਖੋ ਖੁਸ਼ਕ ਹੋ ਗਿਆ। ਪਹਿਲੇ ਵਾਲਾ ਸਾਰਾ ਜਿਹੜਾ ਅਰ ਕੇ ਮਾਹੌਲ ਲਹਮ ਇਹਦੇ ਸ਼ਾਮਿਲ ਕੀਤਾ ਸੀ ਔਰ ਕਾਫੀ ਜ਼ਿਆਦਾ ਕੀਤਾ ਸੀ, ਅਤੇ ਹੁਣ ਅਸੀਂ ਇਹਦੇ ਵਿੱਚ ਇਹ ਨਾਲ ਸ਼ਾਮਿਲ ਕਰਨੇ ਹਾਂ ਰੁੱਬ ਬਸਲ ਔਰ ਰੁੱਬ ਆਵਾ, ਅਤੇ ਇਹਦੇ ਸ਼ਾਮਿਲ ਕਰਨੇ ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ। ਹਾਂਜੀ ਹੁਣ ਇਹ ਦੇਖੋ ਇਹਦੇ 'ਚ ਅਸੀਂ ਨਾਲ ਇਹ ਜੌਹਰ ਤੰਬੋਲ ਸ਼ਾਮਿਲ ਕਰਨ ਲੱਗੇ ਹਾਂ ਔਰ ਨਾਲ ਇਹਦੇ ਵਿੱਚ ਇਹ ਰੁੱਬ ਅਸੀਂ ਬਣਾਇਆ ਹੈ, ਇਹਦੇ 'ਚ ਰਹਿ ਤੁਖਮ ਅਸਪੰਦ ਔਰ ਇਸ ਤੋਂ ਇਲਾਵਾ ਹੈ ਤੁਖਮ ਬਦਰਲ ਬੰਜ, ਇਹ ਦੋ ਚੀਜ਼ਾਂ ਨੇ ਇਹਨਾਂ ਦਾ ਰੁੱਬ ਇਹਨਾਂ ਦਾ ਇਹ ਬਣਾਇਆ ਜੁਸ਼ਾਂਦੇ ਦੇ ਨਾਲ। ਪਹਿਲੇ ਉਹ ਚੀਜ਼ਾਂ ਨੂੰ ਲੈ ਕੇ ਇੱਕ ਚਮਚ ਡੇਢ ਚਮਚ ਉਹਨਾਂ ਦਾ ਲਿਆ, ਉਹਨਾਂ ਨੂੰ ਕੁੱਟ ਕੇ ਇਹਦੇ ਪਾਣੀ ਪਾ ਕੇ ਇਹਨੂੰ ਕੁਛ ਦੇਰ ਪਿਆ ਰਿਹਾ, ਫਿਰ ਇਹਨੂੰ ਅੱਛੀ ਤਰ੍ਹਾਂ ਉਬਾਲਿਆ, ਉਬਾਲ ਕੇ ਫਿਰ ਇਹਨੂੰ ਛਾਣਿਆ ਹੁਣ। ਅਤੇ ਇਹ ਜਿਹੜਾ ਇਹ ਰੁੱਬ ਜੌਹਰ ਤੰਬੋਲ ਬਣਾਇਆ ਹੋਇਆ ਬਿਹਤਰੀਨ ਚੀਜ਼ ਇਹਦੇ ਸ਼ਾਮਿਲ ਕਰਨੇ ਹੁਣ। ਜੀ ਮਾਸ਼ਾਅੱਲਾ ਦੇਖੋ ਕਸੂਰੀ ਅੰਬਰੀ ਵਾਲਾ ਜਿਹੜਾ ਨਾ ਫਾਰਮੂਲਾ ਉਹ ਜ਼ਬਰਦਸਤ ਤਿਆਰ ਹੋ ਗਿਆ। ਉਹ ਪਹਿਲੇ ਪੈਨਸਲਾਂ ਬਣਾਈ ਦੀਆਂ ਨੇ, ਇਹ ਫੌਜੀ ਸਾਹਿਬ ਵਾਲਾ ਫਾਰਮੂਲਾ, ਅਤੇ ਫੌਜੀ ਸਾਹਿਬ ਦੇ ਵਾਸਤੇ ਜਿਹੜਾ ਨੁਸਖਾ ਬਣਾ ਰਹੇ ਉਹ ਚੀਜ਼ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਹੁਤ ਆਲਾ ਜ਼ਬਰਦਸਤ ਤੁਸੀਂ ਦੇਖਿਆ ਨੁਸਖਾ ਤਿਆਰ ਹੋਇਆ। ਔਰ ਇਹਦੇ ਵਿੱਚ ਅਸੀਂ ਜਿਹੜਾ ਤੁਸੀਂ ਦੇਖਿਆ ਕਿ ਹਰ ਆਈਟਮ ਬਿਹਤਰ ਤੋਂ ਬਿਹਤਰ ਪਹਿਲੇ ਨਾਲੋਂ ਵੀ ਅੱਛਾ ਔਰ ਬਿਹਤਰ ਫਾਰਮੂਲਾ ਬਣਾਇਆ।
ਤੇ ਇਹਨੂੰ ਜਨਾਬ ਤੁਸੀਂ ਦੇਖਿਆ ਕਿ ਇਹ ਬਿਹਤਰੀਨ ਮਰਦਾਨਾ ਤਾਕਤ ਵਾਸਤੇ, ਮਸਾਨੇ ਵਾਸਤੇ, ਪੂਰੇ ਅਸਾਬ ਵਾਸਤੇ ਫਿਰ, ਔਰ ਇਸਨੂੰ ਹਰ ਉਮਰ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਕਿ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਕਿਸਮ ਦਾ ਵੀ ਹੈ। ਔਰ ਇਹਨੂੰ ਇਸਤੇਮਾਲ ਕਰਨ ਵਾਸਤੇ ਫਿਰ ਜਨਾਬ ਤੁਸੀਂ ਇੱਕ ਅੱਧਾ ਕਿਲੋ ਦੁੱਧ ਲਵੋ, ਉਸ ਦੇ ਵਿੱਚ ਬਦਾਮਾਂ ਦੀਆਂ ਗਿਰੀਆਂ ਸ਼ਾਮਿਲ ਕਰਕੇ ਪਾਊਡਰ ਬਣਾ ਕੇ, ਔਰ ਉਸ ਤੋਂ ਇਲਾਵਾ ਉਹਦੇ ਵਿੱਚ ਕਾਜੂ ਸ਼ਬਜੀ ਵੀ ਪਾਇਆ ਜਾ ਸਕਦਾ ਹੈ, ਹੋਰ ਵੀ ਅਖਰੋਟ ਵਗੈਰਾ ਵੀ ਪਾਇਆ ਜਾ ਸਕਦਾ। ਉਹਨੂੰ ਉਹ ਪਾ ਕੇ ਉਹਨੂੰ ਅੱਛੀ ਤਰ੍ਹਾਂ ਬੋਇਲ ਕਰਕੇ, ਅਗਰ ਦੇਸੀ ਘੀ ਹੈ ਤਾਂ ਵਿੱਚ ਦੇਸੀ ਘੀ ਬਲਕਿ ਲਾਜ਼ਮੀ ਇਸਤੇਮਾਲ ਕੀਤਾ ਜਾਵੇ, ਇੱਕ ਜਾਂ ਦੋ ਚਮਚ ਦੇਸੀ ਘੀ ਦੇ ਵਿੱਚ ਸ਼ਾਮਿਲ ਕਰਕੇ, ਔਰ ਉਸਨੂੰ ਜਨਾਬ ਜਵਾਨ ਅੱਛੀ ਤਰ੍ਹਾਂ ਬੋਇਲ ਕਰਕੇ ਉਸ ਦੇ ਨਾਲ ਇੱਕ ਗੋਲੀ ਛੁਪੋ, ਔਰ ਇੱਕ ਗੋਲੀ ਸ਼ਾਮ ਨੂੰ ਵੀ ਖਾਈ ਜਾ ਸਕਦੀ ਹੈ। ਅਗਰ ਕਮਜ਼ੋਰੀ ਘੱਟ ਹੈ ਤਾਂ ਫਿਰ ਇੱਕ ਟਾਈਮ ਠੀਕ ਹੈ, ਅਗਰ ਜ਼ਿਆਦਾ ਹੀ ਕਮਜ਼ੋਰੀ ਹੋਵੇ ਤਾਂ ਦੋ ਟਾਈਮ ਇਸਤੇਮਾਲ ਕੀਤਾ ਜਾ ਸਕਦਾ। ਔਰ ਬਹੁਤ ਜ਼ਬਰਦਸਤ ਸੁੰਦਰ ਫਾਰਮੂਲਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇਖੀ, ਅਲਹਮਦੁਲਿਲਾ ਇਹਦੇ 'ਤੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੈ, ਅਤੇ ਬਹੁਤ ਅੱਛਾ ਫਾਰਮੂਲਾ, ਔਰ ਇਨਸ਼ਾਅੱਲਾ ਰਿਜ਼ਲਟ ਵੀ ਇਹਦਾ ਬੜਾ ਜ਼ਬਰਦਸਤ ਹੈ। ਔਰ ਇਹਨੂੰ ਹਰ ਉਮਰ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ, ਬੁੱਢਾ ਵੀ ਇਸਤੇਮਾਲ ਕਰ ਸਕਦਾ, ਜਵਾਨ ਵੀ ਇਸਤੇਮਾਲ ਕਰ ਸਕਦਾ, ਲੜਕਪਨ ਦੇ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ, ਯਾਨੀ ਕਿ ਤਬੀਅਤ ਦੇ ਲਿਹਾਜ਼ ਦੇ ਮੁਤਾਬਕ। ਅਗਰ ਜਿੰਨੀ ਗਲਤੀਆਂ ਉਹਦੀ ਮਸਾਇਲ ਦੇ ਵਿੱਚ ਜਿਹੜੀ ਕੋਈ ਖਰਾਬੀ ਹੋਈ ਜਾਵੇ, ਉਸ ਦੇ ਨਾਲ ਉਸ ਹਿਸਾਬ ਨਾਲ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ। ਅਤੇ ਮੈਂ ਉਮੀਦ ਕਰਨਾ ਮੇਰੇ ਦੋਸਤਾਂ ਭਰਾਵਾਂ ਨੂੰ ਇਹ ਵੀਡੀਓ ਅੱਛੀ ਲੱਗੀ ਹੋ, ਜਿਵੇਂ ਕਿ ਇਹਨੂੰ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾਹ ਹਾਫਿਜ਼। ਅਸਲਾਮੁ ਅਲੈਕੁਮ ਵਰਹਮਤੁਲਲਾਹ ਵਬਰਕਾਤੁਹ।